ਨਾਂ ਠਾਕਰ ਆਫਤਾਬ ਸਿੰਘ, ਪਿੰਡ ਕਾਨੂੰਵਾਨ, ਜ਼ਿਲ੍ਹਾ ਗੁਰਦਾਸਪੁਰ। ਮੈਂ ਪਿੰਡ ਦਾ ਸਰਪੰਚ। ਮੈਂ ਪਿੰਡ ਦੇ ਵਿੱਚ ਇਸ ਵੇਲੇ ਸਾਡੇ ਕੰਮ ਚੱਲ ਰਹੇ ਆ, ਦੁਸ਼ਹਿਰੇ ਗਰਾਊਂਡ ਦਾ ਚੱਲ ਰਿਹਾ, ਉਹਦੇ ਵਿੱਚ ਅਸੀਂ ਸਟੇਡੀਅਮ ਬਣਾ ਰਹੇ ਹਾਂ, ਸਟੇਡੀਅਮ ਪਲੱਸ ਪਾਰਕ। ਅਤੇ ਇੱਕ 14ਵੇਂ ਵਿੱਤ ਕਮਿਸ਼ਨ ਦੇ ਸਾਨੂੰ ਪੈਸੇ ਆਏ ਆ 17 ਲੱਖ ਰੁਪਈਆ, ਉਹ ਵੀ ਪਿੰਡ ਦੀ ਡਿਵੈਲਪਮੈਂਟ ਵਾਸਤੇ ਲੱਗ ਰਿਹਾ, ਸੀਵਰੇਜ ਵਾਸਤੇ ਲੱਗ ਰਿਹਾ। ਮੈਂ ਬਾਜਵਾ ਸਾਹਿਬ ਅੱਗੇ ਡਿਮਾਂਡ ਕਰਨਾ ਵੀ ਸਾਡੇ ਸ਼ਹਿਰ ਦੇ ਸ਼ਮਸ਼ਾਨ ਘਾਟਾਂ ਦੇ ਹਾਲਾਤ ਬਹੁਤ ਹੀ ਖਸਤਾ ਨੇ। 3 ਸ਼ਮਸ਼ਾਨ ਘਾਟ ਹੈ, 1 ਕਬਰਿਸਤਾਨ ਹੈ, ਅਤੇ ਸਾਡੇ ਸਕੂਲ 4 ਸਕੂਲ ਹੈ ਜਿਹਦੇ ਵਿੱਚ ਇੰਟਰਲੋਕ ਦਾ ਕੰਮ ਅਜੇ ਪੈਂਡਿੰਗ ਹੈ। ਅਤੇ ਮੈਂ ਹੋਰ ਡੇਰਿਆਂ ਦੇ ਰਸਤੇ ਵੀ ਸਾਡੇ ਕੱਚੇ ਹੈ, ਅਤੇ ਲਾਈਟਾਂ ਦੀ ਕਾਨੂੰਨ ਦੇ ਵਿੱਚ ਸੋਲਰ ਲਾਈਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਕਿਉਂਕਿ ਸ਼ਹਿਰ ਬਹੁਤ ਵੱਡਾ ਹੋਣ ਕਰਕੇ ਇੱਥੇ ਵਾਰਦਾਤਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ। ਇਸ ਕਰਕੇ ਲਾਈਟਾਂ ਦੇ ਨਾਲ ਥੋੜ੍ਹਾ ਲੋਕਾਂ ਨੂੰ ਡਰ ਰਹੇਗਾ, ਚੋਰਾਂ ਨੂੰ ਕੋਪ ਰਹੇਗਾ ਥੋੜ੍ਹਾ ਜਿਹਾ, ਅਤੇ ਥੋੜ੍ਹਾ ਸਿਚੁਏਸ਼ਨ ਠੀਕ ਹੋਏਗੀ। ਉੱਦਾਂ ਤਾਂ ਕਾਨੂੰਨ ਦੇ ਵਿੱਚ ਥਾਣਾ ਹੋਣ ਕਰਕੇ ਇਹੋ ਜਿਹਾ ਕੰਮ ਥੋੜ੍ਹਾ ਘੱਟ ਗਿਆ। ਆਪਣੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਮੈਨੂੰ 1800 ਵੋਟ ਦੇ ਨਾਲ ਪੰਜਾਬ ਲੈਵਲ ਦੇ ਰਿਕਾਰਡ ਦੇ ਉੱਤੇ ਜਿਤਾਇਆ, ਅਤੇ ਮੈਂ ਬਾਜਵਾ ਸਾਹਿਬ ਦਾ ਵੀ ਧੰਨਵਾਦੀ ਹਾਂ ਵੀ ਜਿਨ੍ਹਾਂ ਦੁਆਰਾ ਭੇਜੇ ਹੋਏ ਫੰਡ ਮੈਂ ਪਿੰਡ ਦੇ ਵਿੱਚ ਲਾ ਰਿਹਾ। ਅਤੇ ਮੈਂ ਇੱਕ ਹੋਰ ਡਿਮਾਂਡ ਕਰਨਾ ਚਾਹੁੰਦਾ ਵੀ ਜਿਹੜੀਆਂ ਸਾਡੀਆਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨਾਂ ਲੱਗੀਆਂ ਹੋਈਆਂ ਨੇ, ਇਹ 750 ਪੈਨਸ਼ਨ ਬਹੁਤ ਹੀ ਘੱਟ ਹੈ। ਇਸ ਪੈਨਸ਼ਨ ਨੂੰ ਵਧਾ ਕੇ 2500 ਰੁਪਇਆ ਕੀਤਾ ਜਾਏ, ਅਤੇ ਨਾਲ ਹੀ ਜਿਹੜੀ ਉਮਰ ਆਦਮੀ ਦੀ 65 ਸਾਲ, ਜਨਾਨੀ ਦੇ 58, ਇਹਨੂੰ ਘਟਾ ਕੇ 50 ਅਤੇ 55 ਸਾਲ ਕੀਤੀ ਜਾਏ, ਤਾਂ ਜੋ ਹਰ ਕੋਈ ਇਹਦਾ ਲਾਇਆ ਲੈ ਸਕੇ। ਸਰਕਾਰ ਦੇ ਉਦੇਸ਼ਾਂ ਦੇ ਅਨੁਸਾਰ, ਕੈਪਟਨ ਸਾਹਿਬ ਦੇ ਦੁਆਰਾ ਚਲਾਈ ਗਈ ਸਕੀਮ ਦੇ ਅਨੁਸਾਰ ਅਸੀਂ ਕਾਨੂੰਨ ਸ਼ਹਿਰ ਦੇ ਵਿੱਚ ਇਸ ਵੇਲੇ 800 ਬੂਟਾ ਲਗਾ ਚੁੱਕੇ ਹਾਂ, ਜੋ ਕਿ ਅਸੀਂ ਬਿਜਲੀ ਘਰ ਦੇ ਵਿੱਚ ਲਵਾਇਆ। ਉੱਥੇ ਜਗ੍ਹਾ 4 ਕਿੱਲੇ ਖਾਲੀ ਪਈ ਸੀ ਸਾਡੇ ਕੋਲ, ਅਤੇ ਅਸੀਂ ਚਾਹੁੰਦੇ ਹਾਂ ਵੀ ਗਰੀਨਰੀ ਵਧੇ ਅਤੇ ਬਾਰਿਸ਼ ਪਏ। ਸਰਕਾਰ ਅੱਗੇ ਇਹੀ ਡਿਮਾਂਡ ਕਰਦਾ ਵੀ ਜਿਹੜੇ ਅਸੀਂ ਬੂਟੇ ਲਾਏ ਆ ਉਹਨਾਂ ਦੀ ਰਾਖੀ ਦੇ ਵਾਸਤੇ ਉਹਦੇ ਆਲੇ ਦੁਆਲੇ ਜੰਗਲੇ ਲੱਗ ਜਾਣ, ਅਤੇ ਨਾਲ ਉਹਨਾਂ ਨੂੰ ਪਾਣੀ ਦੇ ਲਈ ਟੈਂਕ ਲੱਗ ਜਾਏ, ਅਤੇ ਤਾਂ ਜੋ ਜਿਹੜੇ ਲਗਾਏ ਹੋਏ ਬੂਟੇ ਚੰਗੀ ਤਰ੍ਹਾਂ ਪਲ ਸਕਣ, ਅਤੇ ਹਰਿਆਵਲ ਪਿੰਡ ਦੇ ਵਿੱਚ। ਸਾਡੀ ਇਹ ਵੀ ਡਿਮਾਂਡ ਹੈ ਵੀ ਕਾਨੂੰਨ ਸ਼ਹਿਰ ਦੇ ਵਿੱਚ ਜਿੰਮ ਨਾ ਹੋਣ ਕਰਕੇ ਬੱਚਿਆਂ ਦਾ ਧਿਆਨ ਗਲਤ ਪਾਸੇ ਨੂੰ ਜਾ ਰਿਹਾ ਹੈ। ਜੇ ਸ਼ਹਿਰ ਦੇ ਵਿੱਚ ਜਿੰਮ ਹੋਏਗੀ ਤਾਂ ਬੱਚਿਆਂ ਦਾ ਧਿਆਨ ਡਾਈਵਰਟ ਹੋ ਕੇ ਜਿੰਮ ਵਾਲੇ ਪਾਸੇ ਰਹੇਗਾ, ਆਪਣੇ ਸਰੀਰ ਵਾਲੇ ਪਾਸੇ ਰਹੇਗਾ। ਬੱਚਿਆਂ ਦਾ ਜੋ ਮਾਨ ਭੱਤਾ 1200 ਰੁਪਇਆ ਲੱਗਾ ਹੋਇਆ ਹੈ, ਇਹ ਬਹੁਤ ਹੀ ਥੋੜ੍ਹਾ ਹੈ, ਇਹਨੂੰ ਘੱਟੋ ਘੱਟ ਵਧਾ ਕੇ 10000 ਰੁਪਇਆ ਕਰਨਾ ਚਾਹੀਦਾ ਹੈ, ਤਾਂ ਜੋ ਸਰਪੰਚ ਮਾੜੇ ਮੋਟੇ ਖਰਚੇ ਉੱਤੋਂ ਕਰ ਸਕਣ। ਇੱਕ ਸਾਡਾ ਡਿਮਾਂਡ ਸਾਡੇ ਪੰਚਾਇਤ ਘਰ ਦੀ ਹੈ। ਪੰਚਾਇਤ ਘਰ ਪਿਛਲੀ ਸਰਕਾਰ ਨੇ ਸਾਡਾ ਪੰਚਾਇਤ ਘਰ ਹੀ ਧੜਾ ਦਿੱਤਾ, ਇਸ ਹੁਣ ਸਾਨੂੰ ਮੀਟਿੰਗ ਵਾਸਤੇ ਬਹਿਣ ਵਾਸਤੇ ਬਹੁਤ ਦਿੱਕਤ ਹੈ। ਸਾਨੂੰ ਇੱਕ ਪੰਚਾਇਤ ਘਰ ਬਣਾ ਕੇ ਦਿੱਤਾ ਜਾਏ, ਤਾਂ ਜੋ ਆਸਾਨੀ ਨਾਲ ਲੋਕਾਂ ਦੇ ਮਸਲੇ ਉੱਤੇ ਸੁਣੇ ਜਾ ਸਕਣ, ਅਤੇ ਸਾਡੀਆਂ ਪੰਚਾਇਤ ਮੀਟਿੰਗਾਂ ਆਰਾਮ ਨਾਲ ਹੋ ਜਾਣ। ਆਂਗਨਵਾੜੀ ਸੈਂਟਰ ਕਾਨੂੰਨ ਦੇ ਵਿੱਚ 6-7 ਆਂਗਨਵਾੜੀ ਸੈਂਟਰ ਹੈ, ਪਰ ਕਿਸੇ ਵੀ ਸੈਂਟਰ ਵਾਸਤੇ ਪ੍ਰੋਪਰ ਜਗ੍ਹਾ ਨਹੀਂ ਹੈ ਉਹਨਾਂ ਕੋਲ। ਕੋਈ ਮੰਦਰ ਦੇ ਵਿੱਚ ਲਗਾ ਕੇ ਬੈਠਾ ਹੈ, ਕੋਈ ਦੁਕਾਨ ਦੇ ਵਿੱਚ ਲਾ ਰਿਹਾ ਕੰਮ, ਇਸ ਲਈ ਸਾਨੂੰ ਆਂਗਨਵਾੜੀ ਸੈਂਟਰ ਵੀ ਪ੍ਰੋਵਾਈਡ ਕੀਤਾ ਹੈ। ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਸਾਡੇ MP ਲੈਂਡ ਫੰਡ ਦੇ ਵਿੱਚੋਂ ਸੁਨੀਲ ਜਾਖੜ ਜੀ ਵੱਲੋਂ 15 ਲੱਖ ਰੁਪਈਆ ਸਾਨੂੰ ਗ੍ਰਾਂਟ ਦਿੱਤੀ ਗਈ ਸੀ, ਉਹਦਾ ਕੰਮ ਅਸੀਂ ਸ਼੍ਰੀ ਰਾਮ ਦੁਸ਼ਹਿਰਾ ਗਰਾਊਂਡ ਦੇ ਵਿੱਚ ਚੱਲ ਰਿਹਾ ਹੈ ਜ਼ੋਰ ਸ਼ੋਰ ਦੇ ਨਾਲ। ਤੁਸੀਂ ਦੇਖ ਰਹੇ ਹੋ ਜਿਵੇਂ ਕਿ ਆਹ ਸਟੈਪ ਤਿਆਰ ਹੋ ਗਏ ਆ, ਆਹ ਗੇਟ ਲੱਗ ਗਏ ਆ ਜੀ, ਸਮਰਸੀਬਲ ਪੰਪ ਲੱਗ ਗਿਆ, ਅਤੇ ਇੱਧਰ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਰੀ ਬਾਉਂਡਰੀ ਵਾਲ ਆਪਾਂ ਕੰਪਲੀਟ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਮੁੰਡਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਆ ਇਹਦੇ ਪ੍ਰਤੀ। ਅਤੇ ਉਸ ਸਾਈਡ ਦੇ ਉੱਤੇ ਪਾਰਕ ਆ ਜਾਏਗਾ ਸਾਡਾ ਸਾਰਾ, ਅਤੇ ਜਿਹਦੇ ਵਿੱਚ ਝੂਲੇ ਝਾਲੇ ਹੋਣਗੇ, ਓਪਨ ਜਿੰਮ ਹੋਏਗੀ, ਅਤੇ ਇਹਦੇ ਨਾਲ ਇਹ ਹੈ ਵੀ ਸਾਡੇ ਬੱਚਿਆਂ ਦਾ ਧਿਆਨ ਖੇਡਾਂ ਵੱਲ ਰੁਝਾਨ ਵਧੇਗਾ ਅਤੇ ਨਸ਼ਿਆਂ ਵੱਲੋਂ ਘਟੇਗਾ। ਅਤੇ ਮੈਂ ਬਾਜਵਾ ਸਾਹਿਬ ਦੀ ਇਸ ਦੇਣ ਦੇ ਉੱਤੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ, ਅਤੇ ਬਹੁਤ ਥੈਂਕਫੁਲੀ ਹਾਂ ਜੀ ਜਿਹੜਾ ਸਾਡੇ ਸ਼ਹਿਰ ਨੂੰ ਇੰਨੇ ਪੈਸੇ ਦੇ ਕੇ ਲਵਾਏ।